Hello dear students, it's 23rd of October 2021 and in this video we are going to solve to analyze the paragraph of NAS based reading comprehension for class 8. And as usual ke first of all assi jada is the passage hunda hai usnu changi tarah detail study karde hain taan jo apan nu is da pura overall meaning samajh aa sake taan time waste nahi karde hoye apan start karde hain apna paragraph. Here you can see, once a man saw three masons along with some laborers constructing a temple. ਇੱਕ ਵਾਰ ਇੱਕ ਬੰਦੇ ਨੇ ਇੱਕ ਵਿਅਕਤੀ ਨੇ ਤਿੰਨ ਮਿਸਤਰੀਆਂ ਨੂੰ ਜਿਨ੍ਹਾਂ ਨਾਲ ਕੁਛ ਲੇਬਰ ਦਿਹਾੜੀ ਵਾਲੇ ਬੰਦੇ ਸੀ ਇੱਕ ਟੈਂਪਲ ਦਾ ਨਿਰਮਾਣ ਕਰਦੇ ਹੋਏ ਦੇਖਿਆ ਮੰਦਰ ਦਾ ਨਿਰਮਾਣ ਕਰਦੇ ਹੋਏ ਦੇਖਿਆ ਹੀ ਓਬਜ਼ਰਵਡ ਦਾ ਮੈਸਨਸ ਫੋਰ 3 ਡੇਜ਼ ਉਸ ਇਨਸਾਨ ਨੇ ਉਹਨਾਂ ਮਿਸਤਰੀਆਂ ਨੂੰ ਤਿੰਨ ਦਿਨ ਤੱਕ ਦੇਖਿਆ ਓਬਜ਼ਰਵ ਕੀਤਾ ਐਂਡ ਫਾਊਂਡ ਰੈਡ 'ਤੇ ਦੇਖਿਆ ਕਿ ਦੋ ਦਾ ਥਰੀ ਆਫ ਦੈਮ ਵਰ ਡੂਇੰਗ ਦਾ ਸੇਮ ਕਾਇੰਡ ਆਫ ਵਰਕ ਭਾਵੇਂ ਉਹ ਤਿੰਨੇ ਇੱਕੋ ਜਿਹਾ ਕੰਮ ਕਰ ਰਹੇ ਸੀ there was a marked difference in their approach to their job par unna tinna vich apne kamm nu leke us de ravaiye prati bahut zyada fark si jis tarike nal kamm kar rahe si kamm karne de tarike vich bahut fark si he saw that the first mason reported for his work late un dekhya ki jehda pehla mistri si oh apne kamm te late aunda si did his work half heartedly usne apna kamm vi adhure man nal kita ਐਂਡ ਸਲਗਸ਼ਲੀ ਮਤਲਬ ਅਧੂਰੇ ਮਨ ਨਾਲ ਕੀਤਾ ਅਤੇ ਸੁਸਤੀ ਨਾਲ ਕੀਤਾ ਹੈ ਨਾ ਯੂ ਕੈਨ ਸੀ ਦਾ ਮੀਨਿੰਗ ਆਫ ਸਲਗਸ਼ਲੀ ਹੇਅਰ ਇੰਜੋਇਡ ਅ ਲੋਂਗਰ ਰਿਸਪਾਈਟ ਅਤੇ ਉਹਨੇ ਇੰਜੋਏ ਕੀਤੇ ਯਾਨੀ ਕਿ ਰਿਸਪਾਈਟ ਹੁੰਦਾ ਕੁਛ ਬ੍ਰੇਕ ਲੈਣਾ ਕੰਮ ਤੋਂ ਥੋੜ੍ਹੀ ਦੇਰ ਬਾਅਦ ਆਪਾਂ ਰੈਸਟ ਕਰ ਲੈਂਦੇ ਵਿੱਚ ਦੇ ਕੰਮ ਦੇ ਉਹ ਕਹਿੰਦੇ ਰਿਸਪਾਈਟ ਤਾਂ ਉਹਨੇ ਲੋਂਗਰ ਮਤਲਬ ਕਾਫੀ ਇਹੋ ਜਿਹੇ ਬ੍ਰੇਕ ਲਏ ਕੰਮ ਦੇ ਵਿੱਚ ਕੰਮ ਕਰਦੇ ਹੋਏ ਆਰਾਮ ਕਰਨ ਲੱਗ ਜਾਂਦਾ ਵਿੱਚ ਦੀ ਫਰੀਕੁਐਂਟਲੀ ਚੈੱਕਡ ਦਾ ਟਾਈਮ ਔਨ ਹਿਜ਼ ਰਿਸਟ ਵਾਚ ਅਤੇ ਵਾਰੀ ਵਾਰੀ ਆਪਣੀ ਘੜੀ ਦੇ ਉੱਪਰ ਜੋ ਕਿ ਉਹਦੀ ਰਿਸਟ ਵਾਚ ਸੀ ਉਹਦੇ ਉੱਪਰ ਟਾਈਮ ਲਿਖਦਾ ਰਹਿੰਦਾ ਸੀ ਐਂਡ ਲੈਫਟ ਦਾ ਵਰ ਬਹੁਤ ਟਾਈਮ ਅਤੇ ਉਹਨੇ ਆਪਣਾ ਸਮੇਂ ਤੋਂ ਪਹਿਲਾਂ ਹੀ ਕੰਮ ਨੂੰ ਛੱਡ ਦਿੱਤਾ ਸੀ ਉਹਨੇ ਨੋਟ ਕੀਤਾ ਉਸ ਇਨਸਾਨ ਨੇ ਪਹਿਲੇ ਮਿਸਤਰੀ ਬਾਰੇ ਦੂਸਰਾ ਅ ਸੈਕਿੰਡ ਮੈਸਨ ਵਾਜ ਵੈਰੀ ਪੰਕਚੁਅਲ ਇਨ ਅਰਾਈਵਿੰਗ ਐਂਡ ਡਿਲੀਵਰੀ ਜਿਹੜਾ ਦੂਸਰਾ ਮਿਸਤਰੀ ਸੀ ਉਹ ਬਹੁਤ ਪੰਕਚੁਅਲ ਸੀਗਾ ਸਮੇਂ ਦਾ ਪਾਬੰਦ ਸੀ ਆਉਣ ਅਤੇ ਜਾਣ ਦਾ ਟਾਈਮ ਉਹਦਾ ਪੂਰਾ ਪਾਬੰਦ ਸੀ ਉਹ ਐਂਡ ਇਟ ਮੈਥਡੀਕਲੀ ਤਾਂ ਉਹਨੇ ਆਪਣਾ ਕੰਮ ਜਿਹੜਾ ਸੀਗਾ ਮੈਥਡੀਕਲੀ ਕੀਤਾ ਪੂਰੇ ਤਰੀਕੇ ਨਾਲ ਕੀਤਾ ਦੂਸਰੇ ਮਿਸਤਰੀ ਨੇ ਤਾਂ ਥਰਡ ਮੈਸਨ ਤੀਸਰਾ ਮਿਸਤਰੀ ਹਾਊ ਐਵਰ ਵੁੱਡ ਕਮ ਬਿਫੋਰ ਟਾਈਮ ਟੇਕ ਲਿਟਲ ਰੈਸਟ ਇਨ ਦਾ ਇੰਟਰਵਲ ਐਂਡ ਓਫਨ ਵਰਕ ਓਵਰ ਟਾਈਮ ਜਿਹੜਾ ਸੀਗਾ ਤੀਸਰਾ ਮਿਸਤਰੀ ਉਹ ਆਪਣੇ ਸਮੇਂ ਤੋਂ ਪਹਿਲਾਂ ਆਉਂਦਾ ਸੀਗਾ ਅਤੇ ਬਹੁਤ ਘੱਟ ਰੈਸਟ ਕਰਦਾ ਸੀ ਅਤੇ ਇਨ ਦਾ ਇੰਟਰਵਲ ਜਦੋਂ ਵਿਚਾਲੇ ਰੈਸਟ ਹੁੰਦੀ ਸੀ ਉਦੋਂ ਵੀ ਬਹੁਤ ਘੱਟ ਰੈਸਟ ਕਰਦਾ ਸੀ ਅਤੇ ਉਹ ਹਮੇਸ਼ਾ ਓਵਰ ਟਾਈਮ ਕਰਦਾ ਰਹਿੰਦਾ ਸੀ ਦ ਮੈਨ ਨੈਚੁਰਲੀ ਗੋਟ ਕਿਊਰੀਅਸ ਐਂਡ ਵਾਂਟਡ ਟੂ ਨੋ ਦਾ 3 ਮੈਸਨਸ ਆਊਟਲੁੱਕ ਔਨ ਦੇਅਰ ਵਰਕ ਤਾਂ ਇਹ ਇਨਸਾਨ ਬਹੁਤ ਜ਼ਿਆਦਾ ਕਿਊਰੀਅਸ ਹੋ ਗਿਆ ਯਾਨੀ ਕਿ ਉਤਸੁਕ ਹੋ ਗਿਆ ਇਸ ਗੱਲ ਦਾ ਜਾਣਨਾ ਚਾਹੁੰਦਾ ਸੀ ਵੀ ਤਿੰਨੇ ਮਿਸਤਰੀ ਨੇ ਉਹਨਾਂ ਦੇ ਕੰਮ ਕਰਨ ਦੇ ਵਿੱਚ ਫਰਕ ਕਿਉਂ ਆ ਉਹਨਾਂ ਦੇ ਆਊਟਲੁੱਕ ਵਿੱਚ ਉਹਨਾਂ ਦੇ ਨਜ਼ਰੀਏ 'ਚ ਫਰਕ ਕਿਉਂ ਆ ਕੰਮ ਦੇ ਪ੍ਰਤੀ ਤਾਂ ਹੀ ਆਸਕਡ ਦੈਮ ਵਟ ਦੇ ਵਰ ਡੂਇੰਗ ਤਾਂ ਉਸਨੇ ਉਹਨਾਂ ਨੂੰ ਪੁੱਛਿਆ ਕਿ ਉਹ ਕੀ ਕਰ ਰਹੇ ਸੀ ਦ ਫਸਟ ਮੈਨ ਟੈਪਡ ਹਿਜ਼ ਬਿਗ ਬੈਲੀ ਵਿਦ ਹਿਜ਼ ਹੈਂਡ ਐਂਡ ਸੈਟ ਪਹਿਲੇ ਮਿਸਤਰੀ ਨੇ ਆਪਣੇ ਢਿੱਡ ਦੇ ਢਿੱਡ ਨੂੰ ਥਾਪੜਦੇ ਹੋਏ ਕਿਹਾ ਕਿ ਆਈ ਐਮ ਅਰਨਿੰਗ ਫੂਡ ਮਾਈਸੈਲਫ ਮੈਂ ਤਾਂ ਆਪਣੇ ਭੋਜਨ ਲਈ ਕੰਮ ਕਰ ਰਿਹਾ ਯਾਨੀ ਕਿ ਮੈਂ ਆਪਣਾ ਭੋਜਨ ਆਪਣੇ ਭੋਜਨ ਵਾਸਤੇ ਕੰਮ ਕਰ ਰਿਹਾ ਆਈ ਐਮ ਅਰਨਿੰਗ ਫੂਡ ਫੋਰ ਮਾਈਸੈਲਫ ਮੈਂ ਆਪਣਾ ਭੋਜਨ ਮਤਲਬ ਭੋਜਨ ਵਾਸਤੇ ਕਮਾਈ ਕਰਨ ਵਾਸਤੇ ਕੰਮ ਕਰ ਰਿਹਾ ਮੈਨੂੰ ਸਿਰਫ ਕਮਾਈ ਤੱਕ ਮਤਲਬ ਹੈ ਪੈਸੇ ਤੱਕ ਮਤਲਬ ਹੈ ਇਸ ਕਰਕੇ ਮੈਂ ਕੰਮ ਕਰ ਰਿਹਾ ਤਾਂ ਸੈਕਿੰਡ ਸੈਟ ਆਈ ਐਮ ਕੰਸਟਰਕਟਿੰਗ ਅ ਬਿਲਡਿੰਗ ਤੁਸੀਂ ਨੇ ਕਿਹਾ ਕਿ ਮੈਂ ਇੱਕ ਬਿਲਡਿੰਗ ਤਿਆਰ ਕਰ ਰਿਹਾ ਤਾਂ ਥਰਡ ਮੈਸਨ ਲੁੱਕਡ ਐਟ ਦਾ ਹਿਊਜ ਬਿਲਡਿੰਗ ਐਂਡ ਸੈਟ ਤੀਸਰੇ ਮਿਸਤਰੀ ਨੇ ਵੱਡੀ ਸਾਰੀ ਬਿਲਡਿੰਗ ਵੱਲ ਦੇਖਿਆ ਅਤੇ ਕਿਹਾ ਆਈ ਐਮ ਬਿਲਡਿੰਗ ਦਾ ਹਾਊਸ ਆਫ ਗੋਡ ਮੈਂ ਇੱਕ ਭਗਵਾਨ ਦਾ ਘਰ ਬਣਾ ਰਿਹਾ ਤਾਂ ਤਿੰਨਾਂ ਦੀ ਜੋ ਆਊਟਲੁੱਕ ਸੀ ਤਿੰਨਾਂ ਦੀ ਜੋ ਸੋਚ ਸੀ ਉਹ 'ਚ ਇਹ ਫਰਕ ਸੀ ਕਿ ਪਹਿਲਾਂ ਸਿਰਫ ਪੈਸੇ ਕਮਾਉਣ ਵਾਸਤੇ ਕੰਮ ਕਰ ਰਿਹਾ ਸੀ ਦੂਸਰਾ ਕਹਿੰਦਾ ਮੈਂ ਇੱਕ ਬਿਲਡਿੰਗ ਤਿਆਰ ਕਰ ਰਿਹਾ ਤੀਸਰਾ ਕਹਿੰਦਾ ਮੈਂ ਭਗਵਾਨ ਦਾ ਘਰ ਤਿਆਰ ਕਰ ਰਿਹਾ ਤਾਂ ਬੇਟਾ ਇਹ ਸੀਗਾ ਇਹਦਾ ਅੰਡਰਸਟੈਂਡਿੰਗ ਪੈਸੇਜ ਦੀ ਤਾਂ ਨਾਓ ਕਮ ਟੂ ਦਾ ਕੁਐਸਚਨ ਨੰਬਰ 1 ਵਟ ਆਰ ਦਾ 3 ਮੈਸਨਸ ਡੂਇੰਗ ਉਹ ਤਿੰਨੇ ਮਿਸਤਰੀ ਕੀ ਕਰ ਰਹੇ ਸੀਗੇ ਦੇ ਆਰ ਕੰਸਟਰਕਟਿੰਗ ਆ ਟੈਂਪਲ ਆਪਸ਼ਨ ਏ ਫੋਰ ਹਾਊ ਲੌਂਗ ਡਿਡ ਅ ਮੈਨ ਓਬਜ਼ਰਵ ਦੈਮ ਉਸ ਵਿਅਕਤੀ ਨੇ ਕਿੰਨੀ ਦੇਰ ਤੱਕ ਉਹਨਾਂ ਨੂੰ ਓਬਜ਼ਰਵ ਕੀਤਾ ਤਿੰਨੇ ਮਿਸਤਰੀਆਂ ਨੂੰ ਉਹਨੇ ਓਬਜ਼ਰਵ ਕੀਤਾ 3 ਡੇਜ਼ ਆਪਸ਼ਨ ਬੀ
हाउ डिड द फस्ट मैसन डू इज जॉब, पहले मिस्त्री ने अपनी जॉब में किस तरीके किया। तो पहला मैं पता है कि सुस्ती ना कर रहा है ना, तो रिपोर्टेड लेट, डिड हिज वर्क हाफ हार्टडली, एंजॉयड अ लोंगर रेस्पाइट, ऑल ऑफ दिस। तो उन्हें ऑल ऑफ दिस मतलब उन्हें सारा कुछ, उन्हें वो लेट भी आया, उन्हें मन अद्धे तो अधूरे मन काम भी किया, तो बिच ब्रेक्स भी बहुत लेंदा रहा। ऑप्शन डी यद आंसर है। विच वर्ड इन द पैसेज मीनस वर्किंग लेजीली, इस पैसेज में केड़ा वर्ड है जिसका मीनिंग यह है वर्किंग लेजीली, सुस्ती नाल काम करना, वो है जो तुमने देखा होनी स्लगिशली। ऑप्शन बी। विच वर्ड इन द पैसेज मीनस द अपोजिट ऑफ केयरलेस, फिफ्थ इज विच वर्ड इन द पैसेज मीनस द अपोजिट ऑफ केयरलेसली, तो इसका अपोजिट होया केयरलेस का, कि केयरलेस होंगे देखो बेपरवाह ना काम करना, तो वह अपोजिट की होया कि तरीके ना काम करना ना, मैथोडिकली। ऑप्शन ए इज द आंसर। सो बेटा जी ये अपना नैस की पैसेज की प्रैक्टिस, तो होर वीडियोज़ वास्ते डिस्क्रिप्शन बॉक्स में जाओ, उत्तर देखो तुम नैस प्रैक्टिस लिखा हुआ है, वो नीचे ब्लू लिंक है जो उस टैप करो, तो बहुत सारी वीडियोज़ नैस नाल संबंधित देख सकते हो। तो होर 8th क्लास के जो लैसनस की रीडिंग्स वगैरह जिमें वैल्यू ऑफ मनी तो होर संत रविदास वगैरह, उन्होंने सारे के लैसनस बड़े ईजीली तरीके पंजाबी समझाए हुए हैं, तुम उस वास्ते भी इस चैनल में सर्च कर सकते हो, प्लेलिस्ट इस पे है। तो बेटा थैंक यू फॉर वॉचिंग दिस वीडियो एंड मीट यू नैक्सट, टिल देन सी यू, टेक केयर।